ਅਮਰੀਕਾ ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀਆਂ ਦੇ ਵਿੱਚ ਕਾਫੀ ਸਰਗਰਮੀ ਹੈ ਪਾਰਟੀ ਪ੍ਰਾਈਮਰੀਜ਼ ਯਾਨੀ ਚੋਣ ਮੀਟਿੰਗਜ਼ ਅਗਲੇ ਮਹੀਨੇ ਤੋਂ ਸ਼ੁਰੂ ਹੋਣਗੀਆਂ ਰਾਸ਼ਟਰਪਤੀ ਜੋ ਵਾਈਡਨ ਨੇ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਦੀ ਤਰਫੋਂ ਉਮੀਦਵਾਰੀ ਦਾ ਐਲਾਨ ਕੀਤਾ ਪਰ ਵਾਈਡਨ ਦੀ ਘਟਦੀ ਪ੍ਰੋਸਤ ਯੋਗਤਾ ਅਤੇ ਵੱਧਦੀ ਉਮਰ ਕਾਰਨ ਡੈਮੋਕ੍ਰੈਟਿਕ ਪਾਰਟੀ ਨੇ ਕੁਝ ਆਗੂ ਉਸਦੇ ਦਾਅਵੇ ਨੂੰ ਕਮਜ਼ੋਰ ਮੰਨ ਰਹੇ ਨੇ ਉਹਨਾਂ ਦਾ ਦਾਅਵਾ ਹੈ ਕਿ ਸਾਬਕਾ ਰਾਸ਼ਟਰਪਤੀ ਵਿਰਾਟ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਹੈਰਾਨੀਜਨਕ ਉਮੀਦਵਾਰ ਵਜੋਂ ਵਾਜੀ ਪਲਟ ਸਕਦੀ ਹੈ ਕਨੈਕਟਿਕਟ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਕਾਂਗਰਸ ਦੇ ਨੁਮਾਇੰਦੇ ਜ਼ਿੰਦਾ ਕਹਣਾ ਹੈ ਕਿ ਮਿਸ਼ੇਲ ਦਾ ਅਕਸ ਕ੍ਰਿਸ਼ਮੇ ਹੀ ਹੈ ਨਿਊਯਾਰਕ ਦੇ ਪ੍ਰਮੁੱਖ ਡੈਮੋਕ੍ਰੈਟਿਕ ਨੇਤਾ ਇੰਗ੍ਰੇਡ ਦਾ ਕਹਿਣਾ ਹੈ ਕਿ ਭਾਵੇਂ ਵਾਈਡਨ ਨੇ ਬਿਹਤਰ ਕੰਮ ਕੀਤੇ ਨੇ ਪਰ 81 ਸਾਲਾ ਰਾਸ਼ਟਰਪਤੀ ਵਾਈਡਨ ਦੀ ਸਿਹਤ ਲਗਾਤਾਰ ਡਾਵਾ ਡੋਲ ਬਣੀ ਹੋਈ ਹੈ ਕਦੇ ਜਹਾਜ਼ ਵਿੱਚ ਸਵਾਰ ਹੁੰਦੇ ਸਮੇਂ ਤਾਂ ਕਦੇ ਸਾਈਕਲ ਚਲਾਉਂਦੇ ਸਮੇਂ ਵਾਈਡਨ ਦੇ ਡਿੱਗਣ ਦੇ ਵੀਡੀਓ ਵਾਇਰਲ ਹੁੰਦੇ ਨੇ ਇੰਗ੍ਰਿਡ ਦਾ ਕਹਿਣਾ ਹੈ ਕਿ ਇਸ ਦਾ ਅਸਰ ਵੋਟਰਾਂ ਤੇ ਵੀ ਪੈਂਦਾ ਹੈ ਜਦੋਂ ਕਿ ਮਿਸ਼ੇਲ ਬਹੁਤ ਐਕਟਿਵ ਹੈ 8 ਸਾਲੋਂ ਅਮਰੀਕਾ ਦੀ ਫਰਸਟ ਲੇਡੀ ਰਹੀ ਹੈ ਉਹ ਰਾਜਨੀਤਿਕ ਟੰਗਾਂ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੈ ਇੱਕ ਤਾਜ਼ਾ ਸਰਵੇਖਣ ਦੇ ਵਿੱਚ ਵਾਈਡਨ ਦੀ ਲੋਕਪ੍ਰਿਅਤਾ ਰੇਟਿੰਗ ਕੇਬਲ 38% ਰਹਿ ਗਈ ਹੈ ਉਹ ਅਮਰੀਕਾ ਦੇ 75 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਅਪ੍ਰਸਿੱਧ ਰਾਸ਼ਟਰਪਤੀ ਬਣ ਗਏ ਟਰੰਪ ਓਬਾਮਾ ਬੁਸ਼ ਜੂਨੀਅਰ ਜਾਂ ਕਲਿੰਟਨ ਦੀ ਪ੍ਰਸਿੱਧ ਰੇਟਿੰਗ ਕਦੇ ਵੀ ਪਜਾ ਤੋਂ ਘਟ ਨਹੀਂ ਸੀ ਮਿਸ਼ੇਲ ਨੂੰ ਡੈਮੋਕ੍ਰੈਟਿਕ ਪਾਰਟੀ ਕਨਵੈਨਸ਼ਨ ਦੇ ਵਿੱਚ ਆਪਣਾ ਦਾਵਾ ਪੇਸ਼ ਕਰਨਾ ਹੋਏਗਾ ਇਹ ਪਾਰਟੀ ਕਨਵੈਨਸ਼ਨ ਅਗਸਤ 2024 ਵਿੱਚ ਹੋਏਗਾ ਮਿਸ਼ੇਲ ਦੇ ਆਉਣ ਦੇ ਨਾਲ ਡੈਮੋਕ੍ਰੇਟਸ ਮਿਸ਼ੇਲ ਕਮਲਾ ਜੋੜੇ ਇੱਕ 올 ਵਿਮਨ ਵਰਤਾਂਤ ਤਿਆਰ ਕਰੇਗਾ ਅਮਰੀਕਾ ਵਿੱਚ ਹੁਣ ਤੱਕ ਕੋਈ ਵੀ ਔਰਤ ਰਾਸ਼ਟਰਪਤੀ ਨਹੀਂ ਬਣੀ ਹੈ 트럼ਪ ਕਟੜਪੰਥੀ ਗੋਰੇ ਨਸਲਵਾਦ ਦਾ ਸਮਰਥਕ ਹੈ ਜਦੋਂ ਕਿ ਮਿਸ਼ੇਲ ਇੱਕ ਉਦਾਰਵਾਦੀ ਹੈ ਅਤੇ ਅਮਰੀਕਾ ਵਿੱਚ ਸਾਰੇ ਭਾਈਚਾਰਿਆਂ ਲਈ ਬਰਾਬਰ ਅਧਿਕਾਰਾਂ ਦੀ ਸਮਰਥਕੇ ਵਾਈਡਨ ਦੀ ਵੱਧਦੀ ਉਮਰ ਨੂੰ 트ੰਪ ਵੱਡਾ ਮੁੱਦਾ ਬਣਾ ਰਹੇ ਨੇ ਜੇਕਰ ਮਿਸ਼ੇਲ ਚੌਂ ਮੈਦਾਨ ਵਿੱਚ ਉਤਰਦੇ ਨੇ ਤਾਂ 트ੰਪ ਦੇ ਹੱਥਾਂ 'ਚ ਇਹ ਮੁੱਦਾ ਨਹੀਂ ਹੋਏਗਾ ਮਿਸ਼ੇਲ ਦੇ ਆਉਣ ਦੇ ਨਾਲ ਡੈਮੋਕ੍ਰੈਟਿਕ ਪਾਰਟੀ ਨੂੰ ਸੱਤਾ ਵਿਰੋਧੀ ਫੈਕਟਰ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਾਰਟੀ ਦੂਸਰਾ ਕਾਰਜਕਾਲ ਹਾਸਲ ਕਰ ਸਕੇਗੀ